ਦੁਨੀਆ ਤੇ ਰੱਬ ਹੈ, ਕੁਦਰਤ ਹੈ, ਪਰ ਰੱਬ ਦੇਖਿਆ ਕਿਸੇ ਨੇ, ਰੱਬ ਦੇਖਣ ਨੂੰ ਕਿਹੋ ਜਿਹਾ ਲੱਗਦਾ, ਉਹਦਾ ਮਹਾਂਦਰਾ ਕਿਹੋ ਜਿਹਾ। ਉਸ ਰੱਬ ਨੇ ਦੁਨੀਆ ਤੇ ਇੱਕ ਹੋਰ ਰੱਬ ਬਣਾ ਕੇ ਭੇਜਿਆ, ਉਸ ਰੱਬ ਦਾ ਨਾਂ ਹੈ ਮਾਂ ਜੀ। ਜੇ ਮਾਂ ਨਾ ਹੁੰਦੀ ਤੇ ਅਸੀਂ ਸਾਰੇ ਨਾ ਹੁੰਦੇ। ਇੱਕ ਜ਼ੋਰਦਾਰ ਤਾੜੀ ਆਪਣੀ ਮਾਂ ਦੇ ਨਾਂ ਤੇ ਜ਼ਰੂਰ ਮਾਰਿਆ ਕਰੋ ਜਿਹਨੇ ਸਾਨੂੰ ਦੁਨੀਆ ਦਿਖਾਲੀ ਹੈ। ਪਹਿਲੀ ਮੁਹੱਬਤ, ਪਹਿਲਾ ਪਿਆਰ, ਪਹਿਲਾ ਮੋਹ, ਪਹਿਲਾ ਇਸ਼ਕ ਮਾਂ ਦਾ ਹੈ। ਜਿਹੜੇ ਲੋਕ ਆਪਣੀ ਮਾਂ ਦੇ ਆਸ਼ਕ ਨਹੀਂ, ਉਹ ਕਿਸੇ ਦੇ ਆਸ਼ਕ ਨਹੀਂ ਹੋ ਸਕਦੇ। ਸੋ ਦੁਨੀਆ ਦੀਆਂ ਤਮਾਮ ਮਾਵਾਂ ਦੇ ਚਰਨਾਂ ਵਿੱਚ ਮੇਰਾ ਗੀਤ ਹੈ ਜੀ। ਉਹ ਕਰਮਾਂ ਵਾਲੇ ਲੋਕ ਜਿਹਨਾਂ ਕੋਲ ਮਾਵਾਂ ਹੁੰਦੀਆਂ ਨੇ, ਜਿੰਨਾ ਚਿਰ ਘਰ ਵਿੱਚ ਮਾਂ ਤਾਂ ਪਿਓ ਬੈਠੇ ਨੇ, ਸਮਝ ਲਓ ਤੁਹਾਡੇ ਘਰ ਰੱਬ ਬੈਠਾ ਹੈ। ਭਾਈ ਜਦੋਂ ਇਹ ਦੋ ਰੂਹਾਂ ਤੁਰ ਗਈਆਂ ਜਹਾਨ ਤੋਂ, ਫਿਰ ਲੋੜ ਪੈਂਦੀ ਹੈ ਕਿਤੇ ਜਾਣ ਦੀ, ਫਿਰ ਤਾਂ ਜਾਣਾ ਪੈਣਾ। ਪਰ ਜਿੰਨਾ ਚਿਰ ਘਰ 'ਚ ਬੈਠੇ ਨੇ, ਉਨਾ ਚਿਰ ਸਤਿਕਾਰ ਕਰੋ, ਪਿਆਰ ਕਰੋ, ਮੁਹੱਬਤ ਕਰੋ। ਉਹ ਕਰਮਾਂ ਵਾਲੇ ਲੋਕ ਜਿਹਨਾਂ ਕੋਲ ਮਾਵਾਂ ਹੁੰਦੀਆਂ ਨੇ। ਸਾਡਾ ਛੋਟਾ ਵੀਰ ਸੌਣ 'ਤੇ ਵਿੱਕੀ, ਇੱਕ ਵਾਰ ਸਾਡਾ ਤਜਰਬਾ ਹੋਇਆ ਸੀਗਾ। ਇਹ ਤਾਂ ਬਹੁਤ ਪਿਆਰਾ ਵੀਰ ਹੈ, ਬਾਬਾ ਕਿਰਪਾ ਕਰੇ। ਜਦ ਮੈਂ ਬੋਲਣ ਸਿੱਖਿਆ, ਮੂੰਹੋਂ ਇੱਕੋ ਨਾ ਨਿਕਲਿਆ। ਜਦ ਮੈਂ ਬੋਲਣ ਸਿੱਖਿਆ, ਮੂੰਹੋਂ ਇੱਕੋ ਨਾ ਨਿਕਲਿਆ। ਰੱਬ ਤੋਂ ਪਹਿਲਾਂ ਮੂੰਹ ਮੇਰੇ ਚੋਂ ਮਾਂ ਨਿਕਲਿਆ। ਬੋੜ ਪਿੱਪਲ ਦੀਆਂ ਛਾਵਾਂ ਨਾਲੋਂ ਗੂੜੀ ਮਾਂ ਦੀ ਛਾਂ ਹੁੰਦੀ ਏ। ਬੋੜ ਪਿੱਪਲ ਦੀਆਂ ਛਾਵਾਂ ਨਾਲੋਂ ਗੂੜੀ ਮਾਂ ਦੀ ਛਾਂ ਹੁੰਦੀ ਏ। ਰੱਬ ਵੀ ਠੀਕ ਹੈ ਆਪਣੀ ਥਾਂ ਤੇ, ਓਏ ਮਾਂ ਤਾਂ ਆਖਰ ਮਾਂ ਹੁੰਦੀ ਏ। ਨਿੱਕੇ ਹੁੰਦਿਆਂ ਦੀ ਮਾਂ ਰੋਂਦੀ ਸੀ, ਨਿੱਕੇ ਹੁੰਦਿਆਂ ਦੀ ਮਾਂ ਰੋਂਦੀ ਸੀ, ਜਦ ਪੁੱਤ ਨਹੀਂ ਸੀ ਖਾਂਦੇ ਰੋਟੀ। ਹੁਣ ਬੁੱਢੀ ਹੋ ਕੇ ਮਾਂ ਰੋਂਦੀ ਏ, ਇਹ ਪੁੱਤ ਨਹੀਂ ਪੁੱਛਦੇ ਰੋਟੀ। ਰਾਤੀ ਸੁਪਨੇ ਵਿੱਚ ਮੈਨੂੰ ਰੱਬ ਮਿਲਿਆ, ਰਾਤੀ ਸੁਪਨੇ ਵਿੱਚ ਮੈਨੂੰ ਰੱਬ ਮਿਲਿਆ। ਓਏ ਰੱਬ ਸੀ ਠੰਡੜੀ ਛਾਂ ਵਰਗਾ, ਰੱਬ ਬਿਲਕੁਲ ਮੇਰੀ ਮਾਂ ਵਰਗਾ, ਰੱਬ ਬਿਲਕੁਲ ਮੇਰੀ ਮਾਂ ਵਰਗਾ। ਇਹ ਚਾਰੇ ਪਾਸੇ ਮੇਰੀਆਂ ਜੋ ਹੋ ਗਈਆਂ ਚੜਾਈਆਂ ਨੇ, ਇਹ ਤਾਂ ਮੇਰੀ ਮਾਂ ਦੀਆਂ ਦੁਆਵਾਂ ਕੰਮ,
ਇਹ ਤਾਂ ਮੇਰੀ ਮਾਂ ਦੀਆਂ ਦੁਆਵਾਂ ਕੰਮ ਆਈਆਂ। ਜਦ ਸਿਰ ਤੇ ਹੋਵਣ ਮਾਪੇ ਇਹ ਜਦ ਹਰਿਆ ਭਰਿਆ ਜਾਪੇ, ਪਿਓ ਦੀਆਂ ਝਿੜਕਾਂ ਮਾਂ ਦਾ ਪਿਆਰ, ਪਿਓ ਦੀਆਂ ਝਿੜਕਾਂ ਮਾਂ ਦਾ ਪਿਆਰ, ਦੁਆਵਾਂ ਹੁੰਦੀਆਂ ਨੇ। ਓ ਕਰਮਾਂ ਵਾਲੇ ਲੋਕ ਜਿਨ੍ਹਾਂ ਕੋਲ ਮਾਵਾਂ ਹੁੰਦੀਆਂ ਨੇ, ਭਾਗਾਂ ਵਾਲੇ ਲੋਕ ਜਿਨ੍ਹਾਂ ਸਿਰ ਮਾਵਾਂ ਹੁੰਦੀਆਂ ਨੇ, ਮਾਵਾਂ ਹੁੰਦੀਆਂ ਨੇ ਓਏ ਠੰਡੀਆਂ। ਇੱਕ ਦਿਨ ਪੈਣਗੇ ਧੱਕੇ ਜੇ ਕਰੋ ਮਾਂ ਨੂੰ ਕੱਢੋਗੇ, ਹਾਂ ਕਹਿਣ ਸਿਆਣੇ ਜੋ ਬੀਜੋਗੇ ਉਹੀ ਵੱਢੋਗੇ, ਇੱਕ ਦਿਨ ਪੈਣਗੇ ਧੱਕੇ ਜੇ ਕਰੋ ਮਾਂ ਨੂੰ ਕੱਢੋਗੇ। ਰੱਬ ਦੇ ਘਰ ਨੂੰ ਜਾਂਦੀਆਂ ਸਿੱਧੀਆਂ ਰਾਵਾਂ ਹੁੰਦੀਆਂ ਨੇ, ਕਰਮਾਂ ਵਾਲੇ ਲੋਕ ਜਿਨ੍ਹਾਂ ਕੋਲ ਹੁੰਦੀਆਂ ਨੇ, ਉਹ ਭਾਗਾਂ ਵਾਲੇ ਲੋਕ ਜਿਨ੍ਹਾਂ ਸਿਰ ਹੁੰਦੀਆਂ ਨੇ, ਹਾਂਜੀ ਮਾਵਾਂ ਹੁੰਦੀਆਂ ਨੇ ਓਏ ਠੰਡੀਆਂ। ਕਰਜ਼ਾ ਬੰਦਾ ਵੀ ਸੱਤ ਜਨਮੇ ਨਹੀਂ ਦੇ ਸਕਦਾ, ਮਾਂ ਦੀ ਥਾਂ ਮੇ ਰਿਸ਼ਤਾ ਤਾਂ ਕੋਈ ਹੋਰ ਨਹੀਂ ਲੈ ਸਕਦਾ। ਮਾਂ ਦਾ ਕਰਜ਼ਾ ਬੰਦਾ ਵੀ ਸੱਤ ਜਨਮੇ ਨਹੀਂ ਦੇ ਸਕਦਾ, ਮਾਂ ਦੀ ਥਾਂ ਮੇ ਰਿਸ਼ਤਾ ਤਾਂ ਕੋਈ ਹੋਰ ਨਹੀਂ ਲੈ ਸਕਦਾ। ਮਾਂ ਦੀਆਂ ਦਿੱਤੀਆਂ ਬੱਚਿਆਂ ਨੂੰ ਸਾਵਾਂ ਹੁੰਦੀਆਂ ਨੇ, ਕਰਮਾਂ ਵਾਲੇ ਲੋਕ ਜਿਨ੍ਹਾਂ ਕੋਲ ਹੁੰਦੀਆਂ ਨੇ, ਭਾਗਾਂ ਵਾਲੇ ਲੋਕ ਜਿਨ੍ਹਾਂ ਸਿਰ ਹੁੰਦੀਆਂ ਨੇ, ਮਾਵਾਂ ਹੁੰਦੀਆਂ ਨੇ ਓਏ ਠੰਡੀਆਂ। ਘਰ ਵਿੱਚ ਕੋਈ ਰਹਿਣੀ ਥੋੜ ਨਹੀਂ, ਜਿਹਨੇ ਮਾਂ ਨੂੰ ਪਾਲਿਆ ਉਹਨੂੰ ਰੱਬ ਦੀ ਲੋੜ ਨਹੀਂ। ਮੰਗੀ ਕੋਲ ਜੇ ਹੋਵਣ ਮਾਵਾ, ਮੰਗੀ ਕੋਲ ਜੇ ਹੋਵਣ ਮਾਵਾ, ਦੂਰ ਬਲਾਵਾਂ ਹੁੰਦੀਆਂ ਨੇ। ਉਹ ਕਰਮਾਂ ਵਾਲੇ ਲੋਕ ਜਿਨ੍ਹਾਂ ਕੋਲ ਮਾਵਾਂ ਹੁੰਦੀਆਂ ਨੇ, ਮਾਵਾਂ ਹੁੰਦੀਆਂ ਨੇ ਓਏ ਠੰਡੀਆਂ, ਸ਼ਾਮਾਂ ਹੁੰਦੀਆਂ ਨੇ, ਸ਼ਾਮਾਂ ਹੁੰਦੀਆਂ ਨੇ। ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ। ਵਿਆਹਾਂ ਦੇ ਉੱਤੇ ਅਸੀਂ ਜਦੋਂ ਜਾਂਦੇ ਹਾਂ ਉਦੋਂ ਤਾਂ ਸਿੱਧਾ ਚੱਕ ਲਓ ਵੀ ਜੱਟ ਵੈਲੀ ਹੋ ਗਿਆ ਨਹੀਂ, ਖਿੜਕੀ ਖੜਖੜ ਕਰਦੀ ਹੈ, ਜੱਟ ਦੀਆਂ ਚੜ੍ਹਤਾਂ 'ਤੇ ਸੜਦਾ ਹੈ ਪਿੰਡ ਸਾਰਾ, ਜਾਂ ਤੇਰੇ ਯਾਰ ਨੇ ਕਨੇਡਾ 'ਚ ਟਰਾਲੇ ਪਾ ਲਏ। ਪਰ ਇਹੋ ਜਿਹੇ ਮੇਲੇ
ਜਿੱਥੇ ਰਿਸ਼ਤਿਆਂ ਦੀਆਂ ਗੱਲਾਂ ਹੁੰਦੀਆਂ ਨੇ। ਔਰ ਸਾਡਾ ਸਾਰੇ ਕਲਾਕਾਰਾਂ ਦਾ ਫਰਜ਼ ਬਣਦਾ ਹੈ ਕਿ ਕੁਛ ਆਉਣ ਵਾਲੀ ਜਨਰੇਸ਼ਨ, ਆਉਣ ਵਾਲੀ ਪੀੜ੍ਹੀ ਨੂੰ ਕੋਈ ਚੰਗੀਆਂ ਗੱਲਾਂ ਵੀ ਦੱਸੀਏ, ਕੋਈ ਚੰਗਾ ਵੀ ਗਾਈਏ। ਇਹ ਨਾ ਗੱਲਾਂ ਕਰੀ ਜਾਈਏ ਵੀ ਹੁਣ ਤੇਰੀ ਜੀਨ ਤੰਗ ਨਹੀਂ, ਤੇਰਾ ਲੱਕ ਨਹੀਂ, ਤੇਰਾ ਉਹ ਨਹੀਂ, ਤੇਰਾ ਯੇ ਨਹੀਂ। ਕੋਈ ਚੰਗੀਆਂ ਗੱਲਾਂ ਵੀ ਹੋਣੀਆਂ ਚਾਹੀਦੀਆਂ ਸਮਾਜ ਦੇ ਵਿੱਚ।